ਕਿ ਅੱਜ ਜੋ ਪੰਜਾਬ 'ਚ ਹਾਲਾਤ ਬਣ ਰਹੇ ਆ ਇਹਦੇ ਨਾਲ ਇੰਡਸਟਰੀ ਨਹੀਂ ਆਉਂਦੀ ਇਹ ਜੰਗਲ ਰਾਜ ਹੈ ਔਰ ਇਹ ਜੰਗਲ ਰਾਜ ਤੋਂ ਵੀ ਖਤਰਨਾਕ ਰਾਜ ਹੈ ਉਹ ਮੈਨੂੰ ਅਫਸੋਸ ਨਾਲ ਕਹਿਣਾ ਪੈਦਾ ਕਈਆਂ ਨੇ ਤੁਹਾਡੇ ਚੋਂ ਜਾਂ ਜਿਹੜੇ ਮੇਰੀ ਤੋਂ ਉਮਰ ਤੋਂ ਛੋਟੇ ਨੇ ਉਹਨੇ 80 ਤੇ 90 ਦਾ ਉਹ ਸਮਾਂ ਵੇਖਿਆ ਨਹੀਂ ਇਹ ਉਹ ਸਮਾਂ ਪੈਦਾ ਕੀਤਾ ਜਾ ਰਿਹਾ ਹਾਲਾਤ ਪੈਦਾ ਕੀਤੇ ਜਾ ਰਹੇ ਔਰ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕੱਲ ਵੀ ਮੇਰੀ ਵੀਡੀਓ ਚੜਾਈ ਨਹੀਂ ਗਈ ਅੱਜ ਇਸ ਭਾਈਚਾਰਕ ਸ਼ਾਂਜ ਦਾ ਮਦਈ ਹੋਣ ਦੇ ਨਾਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਜਿੱਥੇ ਨੈਸ਼ਨਲ ਸਿਕਿਉਰਿਟੀ ਹਮੇਸ਼ਾ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਇੰਡੋ ਪਾਕ ਬਾਰਡਰ ਤੇ ਜੋ ਘਟਨਾ ਕੱਲ ਵਾਪਰੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕੀਤਾ ਮੇਰੇ ਵੀਵਜ਼ ਜਿੱਥੇ ਮੇਰੇ ਨਿੱਜੀ ਨੇ ਔਰ ਮੈਨੂੰ ਇਸ ਗੱਲ ਦੀ ਚਿੰਤਾ ਔਰ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਕਿ ਅੱਜ ਜੋ ਪੰਜਾਬ ਚ ਹਾਲਾਤ ਬਣ ਰਹੇ ਆ ਇਹਦੇ ਨਾਲ ਇੰਡਸਟਰੀ ਨਹੀਂ ਆਉਗੀ ਇਹ ਜੰਗਲ ਰਾਜ ਹੈ ਔਰ ਇਹ ਜੰਗਲ ਰਾਜ ਤੋਂ ਵੀ ਖਤਰਨਾਕ ਰਾਜ ਹੈ ਔਰ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਆ ਉਹ ਮੈਨੂੰ ਅਫਸੋਸ ਨਾਲ ਕਹਿਣਾ ਪੈਦਾ ਕਈਆਂ ਨੇ ਤੁਹਾਡੇ ਚੋਂ ਜਾਂ ਜਿਹੜੇ ਮੇਰੇ ਤੋਂ ਉਮਰ ਤੋਂ ਛੋਟੇ ਨੇ ਉਹਨੇ 80 ਤੇ 90 ਦਾ ਉਹ ਸਮਾਂ ਵੇਖਿਆ ਨਹੀਂ ਇਹ ਉਹ ਸਮਾਂ ਪੈਦਾ ਕੀਤਾ ਜਾ ਰਿਹਾ ਹਾਲਾਤ ਪੈਦਾ ਕੀਤੇ ਜਾ ਰਹੇ ਔਰ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕੱਲ ਵੀ ਮੇਰੀ ਵੀਡੀਓ ਚੜਾਈ ਨਹੀਂ ਗਈ ਅੱਜ ਚੜੀ ਸਵੇਰੇ ਅੱਜ ਤੁਸੀਂ ਵੇਖ ਹੀ ਲਿਆ ਮੇਰੇ ਲੀੜੇ ਹੋਰ ਪਏ ਆ ਜਿਹੜੀ ਵੀਡੀਓ ਸਵੇਰੇ ਆਈ ਹੈ ਉਹ ਕੱਲ ਦੀ ਹੈ ਔਰ ਇਹ ਚਿੰਤਾ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਸਭ ਪੋਲੀਟੀਕਲ ਕਨਸੀਡਰੇਸ਼ਨਸ ਤੋਂ ਉੱਤੇ ਉੱਠ ਕੇ ਕਿ ਭਾਈ ਜੇ ਪੰਜਾਬ ਨੂੰ ਬਚਾਉਣਾ ਤੇ ਆਹ ਜੋੜੇ ਹੱਥ ਆਹ ਕੰਮ ਤੋਂ ਗੁਰੇਜ਼ ਕਰਨਾ ਪੈਣਾ ਇਸ ਤਰ੍ਹਾਂ ਨੌਕਰੀ ਨਹੀਂ ਮਿਲਣੀ ਇਸ ਤਰ੍ਹਾਂ ਤਰੱਕੀ ਨਹੀਂ ਆਉਣੀ ਜੋ ਕੱਲ ਹੋਇਆ ਮੈਂ ਸਮਝਦਾ ਹਾਂ ਕਿ ਇਹ ਉਹਨਾਂ ਲੋਕਾਂ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਹੈ ਜਿਹੜੇ ਪੰਜਾਬ 'ਚ ਪੋਲਰਾਈਜੇਸ਼ਨ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਬੜ ਦਾ ਵੇਖਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਲੰਬੂ ਲਾਉਣਾ ਚਾਹੁੰਦੇ ਆ ਜਿਹੜੇ ਪੰਜਾਬ 'ਚ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਉਣਾ ਚਾਹੁੰਦੇ ਉਹਨਾਂ ਤੋਂ ਬਚਣ ਦੀ ਲੋੜ ਹੈ ਵੇਖੋ ਬੜੇ 4 ਦਿਨਾਂ ਦੀ ਅਸੀਂ ਸੁਣ ਰਹੇ ਹਾਂ ਤੁਹਾਡੇ ਚੈਨਲ ਵਾਲਿਆਂ ਨੇ ਵੀ ਕਵਰ ਕੀਤਾ ਸੀ ਇੱਕ ਦਿਨ ਧਰਨਾ ਪਹਿਲਾਂ ਦੇਣ ਲੱਗੇ ਸੀ ਫਿਰ ਕਿਉਂਕਿ ਧਰਨਾ ਉਸ ਦਿਨ ਹੋਇਆ ਨਹੀਂ ਧਰਨਾ ਉਸ ਦਿਨ ਕੈਨਸਲ ਹੋ ਗਿਆ ਤੇ ਕੱਲ ਹੋਇਆ ਹੁਣ ਜਿਹੜੇ ਧਰਨੇ ਦੀ ਜੇ ਪੁਲਸ ਇਹ ਮੈਂ ਕਿਉਂ ਅੱਜ ਬੜੇ ਜੁੰਮੇਵਾਰੀ ਨਾਲ ਕਹਿ ਰਿਹਾ ਇਹ ਸਟੇਟ ਸਪਾਂਸਰਡ ਸੀ ਜਿਹੜਾ ਕੱਲ ਹੋਇਆ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ ਸਰਕਾਰ ਕਰਾ ਰਹੀ ਹੈ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਹੁਣ ਮੈਂ ਆ ਜਨਾਂ ਇਸ ਤੇ ਕਿਉਂ ਕਹਿ ਰਿਹਾ ਪਗਵੰਤ ਮਾਨ ਨੇ ਕੋਈ ਬਿਆਨ ਦਿੱਤਾ ਹੁਣ ਤੱਕ ਕੀ ਉਹ ਸਮਝਦਾ ਆਲਸ ਵੈਲ ਕੀ ਉਹ ਸਮਝ ਰਿਹਾ ਕਿ ਕੋਈ ਪ੍ਰੋਬਲਮ ਨਹੀਂ ਆ ਜਨਾਲ ਆ ਤੇ ਇੰਡੋਪਾਕ ਬਾਰਡਰ ਦਾ ਕਿੰਨਾ ਫਾਸਲਾ ਹੈ 15 20 ਕਿਲੋਮੀਟਰ ਜੇ ਸਿੱਧੇ ਕਰੋ ਫਲਾਈਟ ਫੜੋ ਉਸ ਬਾਰਡਰ ਦੇ ਇਲਾਕੇ ਦੇ ਥਾਣੇ ਚ ਕੱਲ ਕਬਜ਼ਾ ਹੋ ਜੇ ਔਰ ਕਬਜ਼ਾ ਕੱਲਾ ਨਹੀਂ ਹੋਇਆ ਅਟੈਕ ਹੋਇਆ ਪੁਲਸ ਵਾਲਿਆਂ ਤੇ ਔਰ ਜੋ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਸਾਂਝੀ ਕਰੂੰਗਾ ਉਹ ਬਾਅਦ ਦੀ ਗੱਲ ਹੈ ਮਗਰ ਮੈਂ ਗੱਲ ਸ਼ੁਰੂ ਕਿੱਥੋਂ ਕਰ ਰਿਹਾ ਚਾਰ ਦਿਨਾ ਤੋਂ ਇਹ ਗੱਲ ਚੱਲ ਰਹੀ ਹੈ ਜੀ ਕਿ ਅਸੀ ਅਜਨਾਲਾ ਥਾਣਾ ਘੇਰਨਾ ਮੇਰਾ ਪਹਿਲਾ ਸਵਾਲ ਡੀਜੀਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ ਐਸਐਸਪੀ ਸਾਹਿਬ ਤੁਹਾਡੀ ਮਜਬੂਰੀ ਕੀ ਸੀ ਤੁਹਾਨੂੰ ਕਿਹਨੇ ਰੋਕਿਆ ਸੀ ਕੀ ਕੇਜਰੀਵਾਲ ਦੇ ਆਰਡਰ ਨੇ ਭਗਵੰਤ ਮਾਨ ਦੇ ਆਰਡਰ ਨੇ ਜਾਂ ਕੋਈ ਇਹੋ ਜਿਹੀ ਏਜੰਸੀ ਦੇ ਆਰਡਰ ਹੈ ਜਿਹੜੇ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ ਜਿੰਨਾ ਕਰਕੇ ਤੁਹਾਡੀ ਮਜਬੂਰੀ ਹੋ ਗਈ ਕਿ ਤੁਸੀਂ ਪ੍ਰੀਐਮਟਿਵ ਐਕਸ਼ਨ ਨਹੀਂ ਲਿਆ ਹੁਣ ਮੈਂ ਪ੍ਰੀਐਮਟਿਵ ਦਾ ਮਤਲਬ ਕੀ ਆ ਦੇਖੋ ਜਦ ਤੁਸੀਂ ਗਵਰਨਰ ਨੂੰ ਘੇਰਨ ਜਾਂਦੇ ਹੋ ਤੇ ਇੱਕ ਵਾਰ ਹੀ ਨਹੀਂ ਆ ਮੈਮੋਰੰਡਮ ਦੇਣ ਵੀ ਜਾਈਦਾ ਇੱਕ ਵਾਰੀ ਹੋਈ ਹੈ ਕਿਸਾਨਾਂ ਨਾਲ ਸਾਡੇ ਨਾਲ ਜਾਂ ਹੋਰ ਵੀ ਕੋਈ ਜਥੇਬੰਦੀ ਜਾਂਦੀ ਆ ਮੋਹੱਲੀ ਉਹਨਾਂ ਨੂੰ ਘੇਰ ਲੇਤਾ ਜਾਂਦਾ ਜੇ ਮੋਹੱਲੀ ਕੋਈ ਟੱਪ ਵੀ ਜਾਵੇ ਤੇ ਜਿਹੜੇ ਬਾਹਰਲੇ ਚੰਡੀਗੜ੍ਹ ਦੇ ਸੈਕਟਰ ਆ ਉੱਥੇ ਘੇਰ ਲੇ ਜਾਂਦੇ ਆ ਜੇ ਉਧਰਲਾ ਸੈਕਟਰ ਵੀ ਟੱਪ ਜਾਵੇ ਤੇ ਮੈਨੂੰ ਲੱਗਦਾ 17 ਸੈਕਟਰ ਤੋਂ ਅੱਗੇ ਨਹੀਂ ਪਹੁੰਚਦਾ ਛੇਤੀ ਕਿਥੇ ਜਦ ਪੁਲਿਸ ਨੂੰ ਪਤਾ ਹੋਵੇ ਔਰ ਕੱਲ ਕੀ ਹੋਇਆ ਇਹ ਰਈਆ ਆਪਣਾ ਬਿਆਸ ਤੋਂ ਚੱਲੇ ਰਈਏ ਤੋਂ ਸੌਰੀ ਰਈਏ ਤੋਂ ਟਾਂਗਰਾ ਟਾਂਗਰੇ ਤੋਂ ਜੰਡਿਆਲਾ ਗੁਰੂ ਜੰਡਿਆਲਾ ਗੁਰੂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 에어ਪੋਰਟ ਟੱਪੇ ਜਿੱਥੇ ਇੰਨੀ ਵੀਵੀਆਈਪੀ ਮੂਵਮੈਂਟ ਹੁੰਦੀ ਹੈ ਕੋਈ ਸਾਫ ਨਹੀਂ ਇੰਨੇ ਡਿਗਨਿਟਰੀਜ਼ ਆ ਰਹੇ ਆ ਉਸ ਤੋਂ ਬਾਅਦ ਰਾਜਾ ਸੰਸੀ ਕ੍ਰੋਸ ਕਰਦੇ ਆ ਕੋਈ 70 ਕਿਲੋਮੀਟਰ ਦਾ ਫਾਸਲਾ ਕਰਦੇ ਆ ਤੇ ਬੜੇ ਆਰਾਮ ਨਾਲ ਥਾਣੇ ਪਹੁੰਚ ਜਾਂਦੇ ਆ ਤੇ ਤੁਸੀਂ ਕੀ ਸਮਝੋਗੇ ਕਿ ਇਹ ਸਟੇਟ ਸਪਾਂਸਰਡ ਨਹੀਂ ਕਿ ਇਹ ਸਟੇਟ ਨਹੀਂ ਕਰਾ ਰਹੀ ਮੈਂ ਅੱਜ ਗਿਲਟੀ ਸਮਝਦਾ ਸਰਕਾਰ ਨੂੰ ਸਰਕਾਰਾਂ ਨੂੰ ਡੀਜੀਪੀ ਨੂੰ ਔਰ ਐਸਐਸਪੀ ਦਿਹਾਤੀ ਜਿਹੜਾ ਇਹਦੇ ਇਹ ਦੋ ਤਿੰਨ ਲੋਕ ਇਹਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਸਾਰੀ ਚੀਜ਼ ਦੇ ਕਿਉਂ ਕਿ ਪੰਜਾਬ 'ਚ ਪੋਲਰਾਈਜੇਸ਼ਨ ਹੋ ਜੇ